ਜੇ ਚੋਨਾਂ ਨੇ ਦੱਸਿਆ ਹੈ ਵੀ ਤੁਹਾਡੀ ਅਗੇਜਮੈਂਟ ਹੋਈ ਵੀ ਉਹ ਕੀ ਹੈ ਮਾਮਲਾ ਸਰ ਸਰ ਮੇਰੀ ਕੋਈ ਅਗੇਜਮੈਂਟ ਨਹੀਂ ਹੋਈ ਵੀ ਮੇਰਾ ਰੋਕਾ ਹੋਇਆ ਸੀਗਾ ਉਹ ਮੈਂ ਕੰਪਲੇਂਟ ਵੀ ਮੈਨਸ਼ਨ ਕੀਤਾ ਹੈ ਕਿ ਮੇਰਾ ਰੋਕਾ ਹੋਇਆ ਸੀਗਾ ਪਰ ਜਦ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਆਲਰੇਡੀ ਮੈਰਿਡ ਹੈਗੀ ਹਾਂ ਪੇਪਰਾਂ 'ਚ ਠੀਕ ਹੈ ਨਾ ਅਤੇ ਮੈਂ ਇਸ ਮੈਂ ਵਿਆਹ ਨਹੀਂ ਕਰਾ ਸਕਦੀ ਮੁੰਡੇ ਨੂੰ ਮੈਂ ਅਲੱਗ ਤੋਂ ਵੀ ਦੱਸਿਆ ਫਿਰ ਜਦੋਂ ਗੱਲ ਖਿਲਰ ਗਈ ਮੈਂ ਤਾਂ ਘਰਦਿਆਂ ਨੂੰ ਵੀ ਦੱਸਿਆ ਇਸ ਲਈ ਉਹ ਰੋਕਾ ਤੋੜਤਾ ਹੋਇਆ ਕਾਫੀ ਟਾਈਮ ਤੋਂ ਕਿੰਨੀ ਦੇਰ ਹੋਣ ਤੋਂ ਬਾਅਦ ਮੈਂ ਹਫ਼ਤਾ ਵੀ ਨਹੀਂ ਰਹੀ ਹੁਣ ਤਾਂ ਮੈਂ ਉਹਨੂੰ ਦੱਸਤਾ ਕਿ ਮੇਰਾ ਰੋਕਾ ਟੁੱਟ ਗਿਆ ਹੋਇਆ ਔਰ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਫੋਟੋਆਂ ਦਿਖਾਈਆਂ ਉਹਦੇ ਵਿੱਚ ਕੋਈ ਹੋਰ ਅਲੱਗ-ਅਲੱਗ ਤਰ੍ਹਾਂ ਦੇ ਮੁੰਡੇ ਜਿਹਨਾਂ ਨਾਲ ਅਲੱਗ-ਅਲੱਗ ਤਰ੍ਹਾਂ ਦੇ ਮੁੰਡੇ ਹਾਂ ਮੁੰਡਿਆਂ ਦੇ ਨਾਲ ਤੁਹਾਡੀ ਫੋਟੋ ਮੈਂ ਅਲੱਗ-ਅਲੱਗ ਮੁੰਡੇ ਤਰ੍ਹਾਂ ਦੇ ਹਾਂਜੀ ਉਹ ਫੋਟੋ ਤਾਂ ਮੇਰੇ ਇਹਦੇ ਫਰੈਂਡਸ ਨਾਲ ਵੀ ਹੈਗੀਆਂ ਇਹਦਾ ਫਰੈਂਡ ਇੱਥੇ ਇਕਬਾਲ ਹੈ ਸਾਹਿਲ ਹੈ ਵਿਸ਼ੂ ਹੈ ਉਹਨਾਂ ਨਾਲ ਵੀ ਹੈਗੀਆਂ ਇਹਦਾ ਮੈਂ ਜੇ ਮੇਰੇ ਫਰੈਂਡਸ ਦਾ ਮਤਲਬ ਇਹ ਨਹੀਂ ਕਿ ਮੈਂ ਗਲਤ ਹਾਂ ਜੇ ਮੈਂ ਸਾਰਿਆਂ ਨਾਲ ਗਲਤ ਹਾਂ ਮੈਂ ਸਾਰਿਆਂ 'ਤੇ ਕੇਸ ਕਰਾਂ ਇੱਥੇ ਕਿਉਂ ਕਰਾਂ ਜਿਹੜਾ ਮੈਨੂੰ ਗਲਤ ਲੱਗੇਗਾ ਮੈਂ ਤਾਂ ਉੱਥੇ ਕਰਨਾ ਠੀਕ ਹੈ ਨਾ ਮੇਰੇ ਅੱਬੂ ਮੇਰੇ ਹੋਰ ਵੀ ਮੇਲ ਫਰੈਂਡ ਹੈ ਮੈਂ ਜੋਬ ਕਰਦੀ ਹਾਂ ਮੇਰੇ ਉੱਥੇ ਵੀ ਮੇਲ ਫਰੈਂਡ ਹੈ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਿਤੇ ਗਲਤ ਹਾਂ ਇਹਦੀ ਸੋਚਣੀ ਗਲਤ ਹੈ ਜੇ ਆਪਾਂ ਕਿਸੇ ਨਾਲ ਫੋਟੋ ਨਿਊਡ ਫੋਟੋਆਂ ਮੇਰੀਆਂ ਨਿਊਡ ਫੋਟੋਆਂ ਮੇਰੀਆਂ ਨਿਊਡ ਇਹਦੇ ਨਾਲ ਹੈਗੀਆਂ ਹੋਰ ਕਿਸੇ ਨਾਲ ਨਹੀਂ ਹੈ ਪਿਕਸ ਸਾਡੀਆਂ ਕਿਸੇ ਨਾਲ ਵੀ ਹੋ ਸਕਦੀਆਂ ਆ ਹੁਣ ਮੇਰੀ ਤੁਹਾਡਾ ਮੈਂ ਕਿਸੇ ਨਾਲ ਮੈਨੂੰ ਤੁਹਾਡਾ ਪਿਕ ਕਲਿੱਕ ਕਰਵਾਣੀ ਕਿਸੇ ਵੀ ਫਰੈਂਡ ਨਾਲ ਮੇਰੀ ਫੋਟੋ ਤੇ ਇਹਦਾ ਮਤਲਬ ਇਹ ਥੋੜਾ ਕਿ ਅਸੀਂ ਕਿਸੇ ਦੇ ਨਾਲ ਵੀ ਰਿਲੇਸ਼ਨ ਚ ਨਿਊਡ ਪਿਕ ਦੀ ਗੱਲ ਕਰੀਏ ਉਹ ਹੈਗੇ ਤਾਂ ਸਾਹਮਣੇ ਕਰੀਏ ਬਿਲਕੁਲ ਠੀਕ ਆ ਉਹ ਇਹਦੇ ਕੋ ਹੈਗੀਆਂ ਆ ਫਰੈਂਡ ਨਾਲ ਤੁਹਾਨੂੰ ਫੋਟੋ ਦਿਖਾ ਦਿੰਦੀ ਆ ਮੈਂ ਜਿੱਦਾਂ ਦੀ ਤੁਹਾਨੂੰ ਇਹਨਾਂ ਦਿਖਾਈਆਂ ਨਾ ਉਦਾਂ ਦੀ ਤੁਹਾਨੂੰ ਮੈਂ ਦਿਖਾ ਦਿੰਦੀ ਆ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਜੀ ਕੀ ਇਹ ਸਾਰਾ ਮਾਮਲਾ ਜਿਹੜਾ ਇੱਕ ਲੜਕੀ ਮਾਮਲਾ ਭਾਜੀ ਉਹ ਕੁੜੀ ਐਲੀਗੇਸ਼ਨ ਇਹ ਲਾ ਰਹੀ ਆ ਕਿ ਮੇਰਾ ਮੁੰਡੇ ਨਾਲ ਵਿਆਹ ਪਹਿਲਾਂ ਹੋਇਆ ਵਾ ਚਾਰ ਨੰਬਰ ਚੌਂਕੀ 'ਚ ਇਹਨੇ ਮੇਰੇ 'ਤੇ ਕੇਸ ਲਾਇਆ ਕਹਿੰਦੀ ਮੇਰਾ ਵਿਆਹ ਕਰਾਓ ਫਿਰ ਉਹ ਕਾਹਦਾ ਕੇਸ ਲਾਇਆ ਇਹਨੇ ਕਿ ਮੇਰਾ ਵਿਆਹ ਕਰਾਓ ਮੀਨਸ ਕਿ ਵਿਆਹ ਨਹੀਂ ਹੋਇਆ ਇਸ ਲਈ ਲਾਇਆ ਉਹਨੇ ਠੀਕ ਆ ਫਿਰ ਉਹ ਕੇਸ ਟ੍ਰਾਂਸਫਰ ਹੋਇਆ ਏ ਸੀ ਪੀ ਚੱਡੇ ਕੋਲ ਉੱਥੇ ਤਰੀਕ ਰੱਖਤੀ ਜੀ ਉਹਨਾਂ ਨੇ ਕਿ ਤੁਹਾਡੇ ਇਸ ਤਰੀਕ ਨੂੰ ਜੀ ਵਿਆਹ ਹੋ ਜਾਊਗਾ ਠੀਕ ਆ ਜੀ ਜੋ ਵੀ ਆ ਉਹਨਾਂ ਨੇ ਕੀਤਾ ਕਿ ਇਸ ਤਰੀਕ ਨੂੰ ਤੁਹਾਡਾ ਵਿਆਹ ਅਸੀਂ ਪਹੁੰਚੇ ਰਹੇ ਜਿੱਦਾਂ ਵੀ ਆ ਇਹ ਕੁੜੀ ਫਿਰ ਉੱਥੇ ਵਿਆਹ ਤੋਂ ਮੁੱਕਰ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਇਹ ਮੈਂ ਜ਼ਿੰਦਗੀ ਖਰਾਬ ਕਰਨੀ ਆ ਏ ਸੀ ਪੀ ਚੱਡਾ ਉਸ ਤੋਂ ਬਾਅਦ ਕੇਸ ਟ੍ਰਾਂਸਫਰ ਹੋਇਆ ਆਪਣੇ ਮਨਦੀਪ ਸਿੰਘ ਜੀ ਕੋ ਠੀਕ ਆ ਆਪਣੇ ਉਹਨਾਂ ਨੇ ਕੋ ਵੀ ਇਹ ਇੱਦਾਂ ਹੀ ਮੁੱਕਰੀ ਉੱਥੋਂ ਭੱਜ ਗਈ ਜੀ ਇਹ ਕੁੜੀ ਦਾ ਰੋਪ ਹੈ ਵੀ ਮੇਰੇ ਕੋਲ ਕੁਝ ਫੋਟੋ ਮੈਂ ਨਹੀਂ ਹੋਰ ਕੁਝ ਹੈ ਹਾਂਜੀ ਭਾਜੀ ਮੇਰੇ ਕੋ ਮੇਰੀ ਗੱਲ ਸੁਣੋ ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ ਠੀਕ ਆ ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ ਪਹਿਲਾਂ ਮਤਲਬ ਕਿ ਫਰੈਂਡ ਸੀਗੀ ਮੇਰੀ ਉਹ ਠੀਕ ਨਹੀਂ ਮਤਲਬ ਕਿ ਵਿਆਹ ਵਾਲਾ ਇਦਾਂ ਦਾ ਕੋਈ ਚੱਕਰ ਨਹੀਂ ਸੀਗਾ ਸਾਡਾ ਵਿਆਹ ਵਾਲਾ ਕੋਈ ਚੱਕਰ ਨਹੀਂ ਸੀਗਾ ਸਾਡੇ ਕੀ ਕੁੜੀ ਨੇ ਵੀ ਅਗੇਜਮੈਂਟ ਕਰਾਈ ਹੋਈ ਹਾਂਜੀ ਭਾਜੀ ਕੁੜੀ ਨੇ ਅਗੇਜਮੈਂਟ ਕਰਾਈ ਜੀ ਮੁੰਡੇ ਦਾ ਨਾਮ ਆਦੀ ਆ ਜੀ ਜਿੰਨਾ ਇਹਦੀ ਅਗੇਜਮੈਂਟ ਹੋਈ ਆ ਤੁਸੀਂ ਵੀ ਕੋਈ ਕੰਪਲੇਂਟ ਦੋਗੇ ਫੋਟੋ ਦਿਖਾਓ ਜੀ ਫੋਟੋ ਉਹਦੀਆਂ ਫੋਟੋ ਇੱਕ ਮਿੰਟ ਭਾਜੀ ਇੱਕ ਮਿੰਟ ਤੁਸੀਂ ਵੀ ਕੋਈ ਕੰਪਲੇਂਟ ਦੋਗੇ ਜਿਹੜਾ ਉਹਨੇ ਆਣ ਕੇ ਇੱਥੇ ਹੰਗਾਮਾ ਭਾਈ ਕੰਪਲੇਂਟ ਹੀ ਦੇਣੀ ਆ ਮੇਰੇ ਉਹਨੇ ਇੱਥੇ ਆ ਕੇ ਹੰਗਾਮਾ ਕੀਤਾ ਦੇਖੋ ਆ ਮੇਰੇ ਨਿਸ਼ਾਨ ਮਾਰੇ ਨੌ ਮਾਰੇ ਮੇਰੇ ਜੀ ਉਹਨੇ ਠੀਕ ਆ ਜੀ ਉਹ ਕਹਿੰਦੇ ਤੇਰੀ ਜ਼ਿੰਦਗੀ ਖਰਾਬ ਕਰਨੀ ਆ ਸਾਡਾ ਖੁਸ਼ੀ ਦਾ ਮਾਹੌਲ ਸੀ ਉਹਨੇ ਆ ਕੇ ਭੰਗ ਪਾ ਦਿੱਤੀ ਸਾਰੀ ਮੈਮ ਅੰਮ੍ਰਿਤ ਆਸ ਕੋਰ ਐਡਵੋਕੇਟ ਗੁਰਦਾਸਪੁਰ ਗੁਰਦਾਸਪੁਰ ਕੋਰਟ ਤੋਂ ਮੈਂ ਇਹ ਮੇਰੀ ਫਰੈਂਡਸ ਵੀ ਆ ਅਤੇ ਕਲਾਇੰਟਸ ਵੀ ਆ ਅਤੇ ਸਰ ਇੱਕ ਇਹਨਾਂ ਦੀ ਮੈਰਿਜ ਨੂੰ ਕਾਫੀ ਟਾਈਮ ਹੋ ਗਿਆ ਇਹਨਾਂ ਨੇ ਮੰਦਿਰ 'ਚ ਮੈਰਿਜ ਕੀਤੀ ਸੀਗੀ ਅਤੇ ਹੁਣ ਉਹ ਮੁੰਡਾ ਇੱਕ ਹੋਰ ਮੈਰਿਜ ਕਰਵਾਉਂਦਾ ਪਿਆ ਆ ਅਤੇ ਉਹਨੇ ਮੁੰਡੇ ਨੇ ਸੈਕਸ਼ਨ 9 ਦਾ ਇਹਨਾਂ 'ਤੇ ਦਿੱਤਾ ਵੀ ਹੋਇਆ ਸੀ ਕਿ ਮੇਰੇ ਨਾਲ ਘਰ ਆ ਕੇ ਆਪਣਾ ਘਰ ਵਿਸਾ ਲਏ ਅਤੇ ਹੁਣ ਉਹ ਇੱਦਾਂ ਦੂਜੀ ਮੈਰਿਜ ਕਰਵਾ ਨਹੀਂ ਸਕਦਾ ਬਿਨਾਂ ਡਾਈਵੋਰਸ ਦੇ ਕਿਉਂਕਿ ਹਿੰਦੂ ਮੈਰਿਜ ਐਕਟ 'ਚ ਇਹ ਨਹੀਂ ਹੈਗਾ ਲਿਖਿਆ ਕਿਤੇ ਵੀ ਕਿ ਇਹ ਦੂਜੀ ਮੈਰਿਜ ਕਰਵਾ ਸਕਦਾ ਅਗਰ ਇਹ ਮੁਸਲਿਮ ਆ ਤਾਂ ਫਿਰ ਕਰਵਾ ਸਕਦਾ ਹਿੰਦੂ ਐਕਟ 'ਚ ਨਹੀਂ ਕਰਵਾ ਸਕਦਾ ਅਤੇ ਇਹੋ ਹੀ ਆ ਹੁਣ ਕਿ ਇਹਨੂੰ ਇਨਸਾਫ ਹੀ ਮਿਲਣਾ ਚਾਹੀਦਾ ਹੈ ਪਰੂਫ ਹਾਂ ਬਿਲਕੁਲ ਪਰੂਫ ਸਾਰੇ ਹੈਗੇ ਆ ਸਾਡੇ ਕੋਲ ਕਿਉਂਕਿ ਪਰੂਫ ਹੈਗੇ ਆ ਸੈਕਸ਼ਨ 9 ਦਾ ਇੱਦਾਂ ਕੋਈ ਕਿਸੇ 'ਤੇ ਨਹੀਂ ਕਰ ਸਕਦਾ ਅਗਰ ਉਹਨਾਂ ਨਾਲ ਮੈਰਿਜ ਹੋਈ ਆ ਘਰ ਵਸਾਉਣ ਬਾਰੇ ਉਹਨਾਂ ਨਹੀਂ ਅਸੀਂ ਕਹਿ ਸਕਦੇ ਕਿਸੇ ਹੋਰ ਨੂੰ ਤਾਂ ਨਹੀਂ ਕਹਿ ਸਕਦੇ ਸਾਰਾ ਕੁਝ ਪਰੂਫ ਸਾਡੇ ਕੋਲ ਹੈਗੇ ਆ ਹਾਂਜੀ ਇਹ ਮੈਰਿਜ ਨੂੰ ਮੰਨਿਆ ਤਾਂ ਨਹੀਂ ਜਾਊਗਾ ਠੀਕ ਆ ਇੱਕ ਕੁੜੀ ਦੀ ਤਾਂ ਲਾਈਫ ਖਰਾਬ ਹੋਈ ਹੋਈ ਆ ਦੂਜੀ ਦੀ ਨਹੀਂ ਹੋ ਸਕਦੀ ਨਾ ਇਹ ਤਾਂ ਹੁਣ ਕੁੜੀ ਦੀ ਫੈਮਿਲੀ ਨੂੰ ਵੀ ਚਾਹੀਦਾ ਹੈ ਕਿ ਨਾਲ ਕੋਪਰੇਟ ਕਰਨ ਸਰ ਇਹ ਮੀਨਾਕਸ਼ੀ ਨਾਮ ਦੀ ਲੜਕੀ ਹੈ ਉਹਨੇ ਕੰਪਲੇਂਟ ਦਿੱਤੀ ਹੈ ਗੁਰਵਿੰਦਰ ਸਿੰਘ ਲੜਕੇ 'ਤੇ ਉਹ ਉਹਨਾਂ ਦਾ ਕਹਿਣਾ ਵਾ ਕਿ ਲੜਕਾ ਜਿਹੜਾ ਉਹਨਾਂ ਦਾ ਹਸਬੈਂਡ ਹੈ ਉਹ ਲੜਕੇ ਦੀ ਮੈਰਿਜ ਹੋ ਰਹੀ ਹੈ ਇਹਨਾਂ ਕੋਲ ਅਦਰਵਾਈਜ਼ ਕੋਈ ਪਰੂਫ ਨਹੀਂ ਹੈ ਕਿ ਇਹਨਾਂ ਦਾ ਹਸਬੈਂਡ ਹੈ ਬਿਕੋਜ਼ ਇਹਨਾਂ ਕੋਲ ਕੋਈ ਮੈਰਿਜ ਦੀਆਂ ਫੋਟੋਗ੍ਰਾਫਸ ਨਹੀਂ ਸੀਗੀਆਂ ਮੈਰਿਜ ਸਰਟੀਫਿਕੇਟ ਨਹੀਂ ਸੀਗਾ ਬਟ ਇਹਨਾਂ ਕੋਲ ਇੱਕ ਐਫੀਡੇਵਿਟ ਹੈ ਉਹ ਐਫੀਡੇਵਿਟ ਦੇ ਬਿਹਾਫ 'ਤੇ ਅਸੀਂ ਇੱਥੇ ਆਏ ਹਾਂ ਬਟ ਉਹ ਲੜਕਾ ਨਹੀਂ ਮੰਨਦਾ ਪਿਆ ਉਹ ਕਹਿੰਦਾ ਪਿਆ ਕਿ ਮੇਰੇ 40 ਸਾਈਨ ਹੋਏ ਹੋਏ ਆ ਸੋ ਉਸ ਚੀਜ਼ ਨੂੰ ਵੇਰੀਫਾਈ ਕਰਵਾਇਆ ਜਾਏਗਾ ਹੁਣ ਅਸੀਂ ਇਹਨਾਂ ਤੋਂ ਕੰਪਲੇਂਟ ਲੈ ਲਈ ਹੋਈ ਹੈ ਅਤੇ ਉਹ ਕੰਪਲੇਂਟ 'ਤੇ ਜੋ ਅਗਰ ਤਾਂ ਇਹਨਾਂ ਦੇ ਅਗੇਂਸਟ ਆਉਂਦੀ ਹੈ ਕਿ ਇਹਨਾਂ ਦੇ ਸਾਈਨ ਪਾਏ ਜਾਂਦੇ ਆ
फिर लड़के से FIR दर्ज हुई है। मैरिज रोक दी गई है कि मैरिज मैरिज जी एज इट इज़ है ऑलरेडी आई थिंक हो चुकी हुई है इन्हों की मैरिज। सो हूँ अगर बाद पाया जाता तो फिर इन्हें कार्रवाई होगी सैकेंड मैरिज।